ਦੱਸਣਾ ਕੀਤਾ ਭਾਈ ਗੁਰਦਾਸ ਜੀ, ਜਿੱਤ ਦਾ ਲੱਖ ਮੁਹੰਮਦ, ਲੱਖਾਂ ਮੁਹੰਮਦ, ਲੱਖਾਂ ਮੁਹੰਮਦ ਮਾਫ ਕਰ ਦਿੱਤਾ, ਲੱਖ ਮੁਹੰਮਦ, ਲੱਖ ਬਰਮਾ, ਲੱਖਾਂ ਬਰਮਾ ਵਿਸ਼ਨੂੰ ਸ਼ਿਵਜੀ ਵਰਗੇ ਨੇ ਜਿੱਤੇ ਹੱਥ ਵਰਗੇ ਕਮੋਕੇ ਸਾਰੇ ਨਾ ਪੈਂਦੀ 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 ਨਾ ਪੈਂਦੀ
ਸਤਿਕਾਰ ਕਰਦੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਆ। ਬੇਬੇ ਨਾਨਕੇ ਪੁੱਛਣਾ ਕੀਤਾ ਵੇ ਭਾਈ ਦਾ ਮੈਂ ਕੀ ਗੱਲ ਰੱਖਣਾ ਪੁੱਟਿਆ ਹੋਇਆ। ਆਖਿਆ ਬੇਬੇ ਜੀ ਤੁਹਾਡਾ ਵੀਰ ਨਾਨਕ ਵੇਰੀ ਚ ਡੁੱਬ ਗਿਆ। ਬੇਬੇ ਨਾਨਕੀ ਜੀ ਲੱਗੇ ਕਹਿਣ ਵੇ ਭਾਈ ਬਾਲੇ ਆ, ਹੁਣ ਭਾਈ ਬਾਲੇ ਤਾਂ ਮਨ ਤੇਜੀ ਕਲਾ ਚ ਜਾ ਰਹੇ ਕਿ ਗੁਰੂ ਜੀ ਮਗਰ ਦਾ ਵੀਰ ਦਰਿਆ ਵਿੱਚ ਡੁੱਬ ਗਏ। ਇਧਰ ਸਾਹਿਬ ਭਾਈ ਮਰਦਾਨਾ ਬਾਲਾ ਜੀ ਜਦ ਬੇਨਤੀ ਕੀਤੀ ਬੇਬੇ ਜੀ ਆਪ ਜੀ ਦਾ ਵੀਰ ਨਾਨਕ ਵੇਰੀ ਦਰਿਆ ਵਿੱਚ ਮੇਰੇ ਸਾਹਮਣੇ ਦੇਖਦੇ ਦੇਖਦੇ ਮੇਰੇ ਸਾਹਮਣੇ ਟੁੱਬੀ ਰਾਈ ਉਹ ਮੁੜਕੇ ਬਾਹਰ ਹੀ ਨਹੀਂ ਆਏ। ਉਸ ਮੌਕੇ ਬੇਬੇ ਨਾਨਕੀ ਭਾਈ ਬਾਲਾ ਜੀ ਦੇ ਢਹੀ ਕਲਾ ਚ ਜਾਂਦੇ ਮਨ ਨੂੰ ਜੋ ਮੰਦਰ ਤੋਂ ਸਾਹਮਣੇ ਸੰਭਣ ਜੋ ਗੁਰ ਕਾ ਸ਼ਬਦ ਮਨੇ ਦਾ ਸਮਨ ਬੇਬੇ ਨਾਨਕੀ ਜੋ ਗੁਰੂ ਬਾਬੇ ਨੂੰ ਰੱਬ ਕਰਕੇ ਜਾਣੀ ਸੀ। ਆਖਿਆ ਬਾਲਿਆ ਤੈਨੂੰ ਨੀ ਪਤਾ। ਆਖਿਆ ਕੀ ਗੱਲ ਬੇਬੇ। ਆਖਿਆ ਬਾਲਿਆ ਮੇਰੇ ਵੀਰ ਨਾਨਕ ਨੂੰ ਮੇਰੇ ਵੀਰ ਨਾਨਕ ਨੂੰ ਕੌਣ ਰੋਕ ਸਕਦਾ। ਮੇਰਾ ਵੀਰ ਨਾਨਕ ਤਾਂ ਦੁਬਿਆਂ ਨੂੰ ਤਾਰਨ ਵਾਸਤੇ ਆਇਆ। ਜਿਹੜੇ ਪਾਣੀ ਦੀ ਗੱਲ ਕਰਦਾ ਜਿਹੜੀ ਬਈ ਦੀ ਗੱਲ ਕਰਦਾ ਉਹ ਤਾਂ ਪਾਣੀ ਥੋੜਾ ਜਿਹਾ ਹੀ ਹੈ। ਮੇਰੇ ਵੀਰ ਨਾਨਕ ਦੇ ਹੁਕਮ ਚ ਸਾਫ਼ ਵਰਤਾਰਾ ਹੋ ਰਿਹਾ। ਉਸ ਮੌਕੇ ਬੇਬੇ ਨਾਨਕੀ ਕਿਉਂ ਭਾਈ ਬਾਲਾ ਜੀ ਨੂੰ ਦਲਾਸਾ ਦਿੰਦੀ ਭਰੋਸਾ ਦਿੰਦੀ ਹੈ ਚਿੰਤਾ ਨਾ ਕਰ ਤੂੰ ਮੇਰੇ ਵੀਰ ਦੀ ਗੱਲ ਮੈਂ ਪੌਣ ਪਾਣੀ ਤੇ ਸਾਰੇ ਵੇ ਭੈਣ ਵਿੱਚ Yeah.